ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗੱਲਬਾਤ ਦੇ ਦਰਮਿਆਨ ਤੇ ਲਓ ਤੁਸੀਂ ਸਵਾਲ ਵੀ ਕਰ ਸਕੋਗੇ 905-813-1320। ਭਾਊ ਜੀ ਵੈਲਕਮ, ਸਵਾਗਤ ਜੀ ਇਹਨੂੰ, ਸਤਿ ਸ੍ਰੀ ਅਕਾਲ। ਮੇਰੇ ਕੋਲੋਂ ਵੀ ਮੇਰੇ ਵੱਲੋਂ ਸਾਰੇ ਸਰਾਧਿਆਂ ਤੇ ਆਪ ਜੀ ਦੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬੜੀ ਕਿਰਪਾ ਤੁਸੀਂ ਸਵਾਲ ਜੀ। ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾ ਬਿਨਾਂ ਵਜ੍ਹਾ ਨਾ ਉਹ ਚੁੱਪ ਵੀ ਰਹਿਣ ਤੇ ਚਰਚਾ ਦੇ ਵਿੱਚ ਰਹਿੰਦੇ ਨੇ। ਮਹਿਫਲ ਦੇ ਵਿੱਚ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਬੋਲਣ ਵੀ ਨਾ ਤੇ ਉਹਨਾਂ ਨੂੰ ਵੇਖ ਕੇ ਹਾਸਾ ਜਿਹਾ ਆਈ ਜਾਂਦਾ ਹੁੰਦਾ ਹਨਾ, ਵੀ ਹੁਣ ਵੀ ਕੁਝ ਬੋਲਿਆ ਇਹਨੇ, ਹੁਣ ਵੀ ਬੋਲਿਆ ਇਹਨੇ, ਹੁਣ ਵੀ ਬੋਲਿਆ ਇਹਨੇ, ਹੁਣ ਵੀ ਕੋਈ ਇਹੋ ਜਿਹੀ ਜੱਕੀ ਜਾਣੀ ਇਹਨੇ, ਇਹੋ ਜਿਹਾ ਕੁਛ ਨਾ ਕੁਛ ਕਰਨਾ। ਕੁਝ ਇਹੋ ਜਿਹੇ ਹੁੰਦੇ ਨੇ ਉਹਨਾਂ ਦੇ ਨਾ ਮਤਲਬ ਹੁੰਦਾ ਚਰਚਾ ਛਿੜੀ ਰਹਿਣੀ। ਹੁਣ ਨਵਜੋਤ ਸਿੱਧੂ ਮਤਲਬ ਆਪਣੀ ਸਰਕਾਰ ਨੂੰ ਆੜੇ ਹੱਥੀ ਤਾਂ ਲੈਂਦੇ ਲੈਂਦੇ ਨੇ, ਵਿਰੋਧੀਆਂ ਨੂੰ ਵੀ ਲੈਂਦੇ ਨੇ, ਪਰ ਹੁਣ ਇਨਕਮ ਟੈਕਸ ਨੇ ਆੜੇ ਹੱਥੀ ਲਿਆ, ਪੇਚਾ ਫਸਿਆ, ਫੈਸਲਾ ਹਾਈਕੋਰਟ ਨੇ ਰਾਖਵਾਂ ਰੱਖ ਲਿਆ ਵੀ ਸੁਣਾ ਕੇ ਕੋਰਟ ਫੈਸਲਾ ਭਰਾ ਕਰੇ। ਹੁਣ ਕਿੱਥੋਂ ਸਰਕਾਰ ਜਿਹੜੀ ਕੋਰਟ ਆ ਉਹ ਕਿਹੜੇ ਫੈਸਲੇ ਦਾ ਇੰਤਜ਼ਾਰ ਕਰਦੀ, ਮੈਨੂੰ ਇਹ ਨੀ ਸਮਝ ਲੱਗਦੀ। ਸਿੱਧੂ ਸਾਹਿਬ ਕਹਿੰਦੇ ਆ ਕਿ ਮੇਰੀ ਇਨਕਮ 2016 ਤੇ 17 ਵਿੱਚ ਹੈਗੀ ਸੀ 9.5 ਕਰੋੜ। ਹਾਂਜੀ, ਸਾਲ ਦੀ ਜਿਹੜੀ ਮੈਂ ਬਕਾਇਦਾ ਤੌਰ ਤੇ ਰਿਟਰਨ ਭਰੀ ਆ ਉਹ ਇਨਕਮ ਟੈਕਸ ਡਿਪਾਰਟਮੈਂਟ ਨੇ ਮਨਜ਼ੂਰ ਕੀਤੀ ਆ। ਤੁਹਾਨੂੰ ਪਤਾ ਵਾ ਜਦੋਂ 2016 ਦੇ ਅਖੀਰ ਦੇ ਵਿੱਚ ਛੱਡ ਕੇ ਆ ਗਏ ਸੀ ਬੀਜੇਪੀ ਵਾਲੇ ਬੀਜੇਪੀ ਨੂੰ, ਤੇ ਫਿਰ ਬੀਜੇਪੀ ਨੇ ਰੰਗ ਤੇ ਵਿਖਾਉਣਾ ਸੀ ਬਸ ਬਸ ਕੋਈ ਨਾ ਕੋਈ ਫਾਈਲ ਤੇ ਤਿਆਰ ਹੋਣੀ। ਉਹਨਾਂ ਫਿਰ ਇਨਕਮ ਟੈਕਸ ਨੂੰ ਕਿਹਾ ਵੀ ਇਹਨਾਂ ਦੇ ਜਿਹੜੇ ਖਾਤੇ ਖੰਗਾਲ, ਜਦੋਂ ਉਹ ਖਾਤੇ ਖੰਗਾਲੇ ਗਏ ਤੇ ਇਹਨਾਂ ਦੇ ਇਨਕਮ ਟੈਕਸ ਵਾਲਿਆਂ ਕਿਹਾ ਵੀ ਇਹਨਾਂ ਦੀ ਆਮਦਨ ਜਿਹੜੀ ਆ 9.5 ਕਰੋੜ ਨੀ, ਇਹਨਾਂ ਦੀ 13.5 ਕਰੋੜ। ਅੱਛਾ ਜੀ, ਚਲੋ ਇਹਨਾਂ ਨੇ ਟੈਕਸ ਘੱਟ ਭਰਿਆ ਵਾ। ਅੱਛਾ, ਇਹਨਾਂ ਨੇ ਫਿਰ ਐਪਲੀਕੇਸ਼ਨ ਦਿੱਤੀ ਵੀ ਮੈਂ ਆਪਣਾ ਟੈਕਸ ਪੂਰਾ ਭਰਿਆ, ਮੇਰੀ ਉਦੋਂ ਵੱਧ ਆਮਦਨ ਨੀ ਹੈਗੀ ਤੇ ਮਿਹਰਬਾਨੀ ਕਰਕੇ ਇਹਨੂੰ ਰੀ ਇਨਵੈਸਟੀਗੇਟ ਕੀਤਾ ਜਾਵੇ। ਡਿਪਾਰਟਮੈਂਟ ਨੇ ਕਹਿਤਾ ਬਿਲਕੁਲ ਨੀ, ਅਸੀਂ ਜੋ ਕਰਤਾ ਠੀਕ ਕਰਤਾ, ਤੁਸੀਂ ਜੋ ਕਰਨਾ ਕਰ ਇੱਥੇ ਰੱਖ। ਤੇ ਸਿੱਧੂ ਸਾਹਿਬ ਹਾਈਕੋਰਟ ਚਲੇ ਗਏ, ਹਾਈਕੋਰਟ ਜਾ ਕੇ ਆਪਣਾ ਪੱਖ ਰੱਖਿਆ। ਉਹ ਕੇਸ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ, ਹੁਣ ਕੱਲ ਜਦੋਂ ਕੇਸ ਇਹ ਅਦਾਲਤ ਦੇ ਵਿੱਚ ਆਇਆ ਤੇ ਅਦਾਲਤ ਨੇ ਉਹਦਾ ਜਿਹੜਾ ਫੈਸਲਾ ਉਹ ਰਾਖਵਾਂ ਰੱਖ। ਵੱਧ ਤੋਂ ਵੱਧ ਕੀ ਕਰੋਗੇ? 2-4 ਕਰੋੜ ਰੁਪਏ ਜੁਰਮਾਨਾ ਪਾਦੇ ਅੱਗੇ ਜੋ ਤੁਸੀਂ ਕਰਨ ਹੋ ਰਿਹਾ ਕੁਛ ਹੋ ਜਾਏ ਸਕੂਲ, ਹੋਰ ਕੀ ਗੱਲ। ਜਾਣਾ ਦਾ ਉਹਦਾ ਜਿਹੜਾ ਫਰਜ਼ ਵੀ ਬਣਦਾ, ਉਹਨੂੰ ਚਾਹੀਦਾ ਵੀ ਜ਼ਰੂਰ ਜਾਵੇ ਆਪਣੀ ਗੱਲ ਕਰੇ। ਉਹ ਭਾਈ ਜਿਹੜਾ ਬੰਦਾ ਲੋਕਾਂ ਨੂੰ ਕਰੋੜਾਂ ਰੁਪਏ ਵੰਡਦਾ ਉਹ ਵੀ ਕਿਤੇ ਖਾਤੇ ਚ ਗਿਣ ਲਓ ਨਾ, ਵੀ ਇਹਨੇ ਪੈਸੇ ਹੀ ਨੇ ਦਿੱਤੇ ਲੋਕਾਂ ਨੂੰ। ਅੱਜ ਤੱਕ ਕੋਈ ਪੋਲੀਟੀਸ਼ੀਅਨ ਮੈਂ ਨੀ ਵੇਖਿਆ ਜਿਹੜਾ ਏਦਾਂ ਲੋਕਾਂ ਦੀ ਸੇਵਾ ਕਰਦਾ ਵੀ ਲੋਕਾਂ ਨੂੰ ਪੈਸੇ ਦਿੰਦਾ। ਕਾਰ ਸੇ ਵਾਲੇ ਬਾਬੇ ਤਾਂ ਸੁਣੇ ਸੀਗੇ, ਉਹ ਵੀ ਇਸ ਲੈਵਲ ਤੇ ਨੀ। ਜਦੋਂ ਕਣਕ ਖੜੀ ਸੀ ਨਾਲੇ ਦੇ ਵਿੱਚ, ਇਹ MP ਸੀਗਾ, ਬਕਾਇਦਾ ਤੌਰ ਤੇ ਉੱਥੇ ਕਹਿਤਾ ਭਾਈ ਵੇਖੋ ਮੈਂ ਤੁਹਾਡੀ ਇਹ ਮਦਦ ਕਰ ਸਕਦਾ ਜਿੰਨਾ ਤੁਹਾਨੂੰ ਜਿਹੜੀ ਆ ਮੁਆਵਜ਼ਾ ਦੇਵੀ ਤੇ ਸਰਕਾਰ ਉਹਨਾਂ ਤੁਹਾਨੂੰ ਮੈਂ ਦਿਓ। ਸਰਕਾਰ ਨੇ ਇੱਕ ਮਿਸਤਾ ਵੀ ਇਹਨੂੰ 30 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ ਤੇ 30 ਲੱਖ ਸਰਕਾਰ ਨੇ ਦਿੱਤਾ ਨੀ ਦਿੱਤਾ, ਇਹ ਜਵਾਨ ਅੱਗੇ 30 ਲੱਖ ਰੁਪਇਆ ਆਪ ਜਾ ਕੇ ਵੰਡ ਕੇ ਆ ਚੁੱਕੋ 30 ਲੱਖ। ਇਹ ਆ ਦਿਆਨਤਦਾਰੀ। ਜਦੋਂ ਇਹ ਗਿਆ ਵਾ ਆਪਣੇ ਸ਼ਹੀਦ ਭਗਤ ਸਿੰਘ ਦੇ ਪਿੰਡ ਗਿਆ, ਕਨੈਕਸ਼ਨ ਕੱਟਿਆ ਸੀਗਾ, ਕੁੰਡੀਆਂ ਲੱਗੀਆਂ ਸੀਗੀਆਂ, ਬਕਾਇਦਾ ਤੌਰ ਤੇ ਪੁੱਛਿਆ ਕਿ ਕੁੰਡੀਆਂ ਕੋਲ ਲੱਗੀਆਂ, ਕਹਿੰਦਾ ਬਿੱਲ ਨੀ ਤਾਰਿਆ, ਕਿੰਨਾ ਜੀ 2.5 ਲੱਖ ਰੁਪਇਆ। ਕਹਿੰਦਾ ਜੀ ਆਪਣੇ ਪੀਏ ਨੂੰ ਲਿਆ ਕਰੇ ਟੈਚੀ ਕੱਢ ਕੇ ਚੈੱਕ ਲਿਆ ਕਰੇ। ਐਚਈ ਨੂੰ ਕਹਿੰਦਾ ਇਹ ਚੈੱਕ ਲੈ ਤੇ ਹੁਣੇ ਇਹ ਕੁੰਡੀਆਂ ਮੀਟਰ ਨਾਲ ਲਾ, ਇੱਧਰ ਨੀ ਕੰਮ ਚੱਲੂਗਾ। ਇੰਨੇ ਉੱਥੇ ਗਏ ਪਹਿਲਾਂ ਮੱਥਾ ਟੇਕਣ ਵਾਸਤੇ, ਉੱਥੇ ਮੱਥੇ ਰਗੜਨ ਵਾਸਤੇ ਗਏ, ਉਹ ਵੀ ਲੋਕ ਗਏ ਜਿਹਨਾਂ ਨੇ ਮੱਥੇ ਨੂੰ ਮਿੱਟੀ ਲਾਈ ਵੀ ਮੈਂ ਕਾਂਗਰਸ ਨੀ ਬਿਲਕੁਲ ਜਾਊਂਗਾ ਜੀ, ਮੈਂ ਕਿਸੇ ਪਾਰਟੀ ਜਾਊਂਗਾ ਜੀ, ਮੈਂ ਲੋਕਾਂ ਦੀ ਸੇਵਾ ਕਰਾਂਗੀ। ਉਹ ਕਾਂਗਰਸ ਚ ਵੀ ਗਏ, ਇਲੈਕਸ਼ਨ ਵੀ ਲੜੇ ਤੇ ਉੱਥੇ ਆ ਕੇ ਮੰਤਰੀ ਵੀ ਬਣ ਗਏ। ਹੁਣ ਇਹ ਵੀ ਖਾਤੇ ਚ ਪਾ ਲਓ ਨਾ ਸਿੱਧੂ ਦੇ, ਵੀ ਸਿੱਧੂ ਦੇ ਚੰਗੇ ਕੰਮ ਕੀਤੇ।
लेकिन गल ते वेंडेटा सी, पोलिटिकल वेंडेटा सी, सानू छड के उह गया बस असी इहनू रगड़ने रगड़ना। ओहदा जिहड़ा फैसला रखा रख्या वा अगले दो चार दिन फैसला देगा। देखो हाईकोर्ट की फैसला कर 9058131320 9058131320 गुरु हर साहिब विखे सीएम साहब नूं बोलण नहीं दिता गया। जथेबंदियां ने दो वारी रोकिया भाषण, दो वारी रोकना भाषण पिया जनाब नूं, की कहना चाहोगे? बिलकुल जी, वेखो गल सुनो, चन्नी साहब नूं चाहीदा इसलिए काम कर, जिन्नियां क अनाउंसमेंटां करतियां उह बहुत हो गई। ये सिद्धू साहब ठीक कहिंदे आ कि जदों खजाना ही खाली है तो फिर करना काम कित्थों, आपां वी दस्सो सानूं। लेकिन गल यह भी यह बकायदा तौर पर चन्नी साहब ने अपना काम कर लिया, ये उत्थे गए गुरु हर सहाय की दा हलका वा राणा गुरमीत सोढी का, उस राणा गुरमीत सोढी का जिहड़ा कैप्टन अमरिंदर सिंह की मुछ का वास होता सी। इहदे विच कई प्रकार दीआं घुंडियां हो सकदियां वी, लेकिन उस तों पहिलां इह बागे पुराणे गए आ, उत्थे गोनू का मोड़ विखे इन्हां ने कोई उद्घाटन करना सी बकायदा तौर ते। उत्थे जिहड़े बाबा फरीद यूनिवर्सिटी पिछले 15-15 सालां तों कच्चे मुलाजम लगे ने जी जी 8-10 हज़ार दा लगे, कहिंदे जी तुसीं पक्के करन दी गल कीती, साडी वारी कदों आउणी सानूं दस दिओ तुसीं। ਕਈਆਂ ਨੂੰ ਧੱਕੇ ਵੱਜੇ, ਕਈਆਂ ਨੂੰ ਡਾਂਗਾਂ ਵੱਜੀਆਂ, ਕਈਆਂ ਨੂੰ ਫੜ ਕੇ ਬੱਸਾਂ 'ਚ ਬਿਠਾ ਲਿਆ, ਥਾਣੇ ਲੈ ਗਏ, ਕਈਆਂ ਨੂੰ ਛੱਡ ਦਿੱਤਾ ਗਿਆ, ਕਈ ਕੁਛ ਕੀਤਾ ਗਿਆ। ਮਤਲਬ ਉਸੇ ਗੱਲ ਤੇ ਜਿਹੜੇ ਪਹਿਲੇ ਮੁੱਖ ਮੰਤਰੀ ਕਰਦੇ ਸੀ ਉਹੀ ਕਰਦੇ। ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਸਰਦਾਰ ਬਾਦਲ ਜੀ ਸਿੰਘ ਜੋ ਮਿਲਣ ਵਾਲੇ, ਭਾਵੇਂ ਕੰਮ ਕੱਖ ਨਾ ਕਰੋ, ਕਹਿ ਦਿਓ ਜੀ ਕੋਈ ਗੱਲ ਨੀ ਕਰਤਾ ਜੀ ਤੁਹਾਡਾ ਸੋਚਿਆ ਨੀ। ਬਿਲਕੁਲ ਬਿਲਕੁਲ, ਠੀਕ ਹੈ ਜੀ, ਇਹਦੀ ਗੱਲ ਕਹਿ ਕੇ ਤੋੜ ਦੇਣਾ, ਆਪ ਵੀ ਚੱਲ ਜਾਣਾ ਤੇ ਗੱਲ ਚੱਲ ਜਾਣਾ। ਲੇਕਿਨ ਜੇ ਚੰਨੀ ਸਾਹਿਬ ਤੁਸੀਂ ਅਫੀਸ਼ੀਅਲ ਮਸ਼ੀਨਰੀ ਦੇ ਪਿੱਛੇ ਨਾ ਲੱਗੋ, ਉਹਨਾਂ ਐਡਵਾਈਜ਼ਰ ਦੇ ਪਿੱਛੇ ਨਾ ਲੱਗੋ ਜਿਹਨਾਂ ਪਹਿਲੇ ਮੁੱਖ ਮੰਤਰੀ ਨੂੰ ਬਦਨਾਮ ਕੀਤਾ। ਲੋਕਾਂ ਦੀ ਗੱਲ ਸੁਣੋ, ਜਦੋਂ ਇੰਨਾ ਰੌਲਾ ਪਿਆ, ਘੇਰਾ ਪੈ ਕੇ, ਤੁਹਾਨੂੰ ਫਿਰ ਤੁਸੀਂ ਗੱਲ ਸੁਣੀ ਨਾ ਉਹਨਾਂ ਦੀ, ਫਿਰ ਹੀ ਮੰਗ ਪੱਤਰ ਲਿਆ ਨਾ ਉਹਦਾ। ਇਸੇ ਕਰਕੇ ਚੰਨੀ ਸਾਹਿਬ ਨੂੰ ਅੱਜ ਗੁਰੂ ਹਰ ਸਹਾਏ ਰਾਣਾ ਗੁਰਮੀਤ ਸੋਢੀ ਹਲਕਾ ਉਹਦਾ ਪੇਟਾ ਵਾ ਜਿੱਥੇ ਜਾ ਕੇ ਇਹ ਘਟਨਾ ਵਾਪਰੀ ਹੈ। ਵਾਧਾ ਪੁਰਾਣਾ ਚੱਲਦਾ ਨੀ, ਲੇਕਿਨ ਮੇਨ ਭਾਸ਼ਣ ਦੇਣਾ ਸੀ ਜਾ ਕੇ ਉੱਥੇ ਗੁਰੂ ਹਰ ਸਾਹਿਬ ਤੇ, ਉੱਥੇ ਬਕਾਇਦਾ ਤੌਰ ਤੇ ਦੋ ਵਾਰੀ ਭਾਸ਼ਣ ਰੋਕਣਾ ਪਿਆ। ਜੇ ਰੋਕਣਾ ਪਿਆ ਤਾਂ ਤੁਸੀਂ ਆਪ ਸੋਚੋ ਵੀ ਕਿੰਨਾ ਰੌਲਾ ਪਿਆ ਹੋਊ। ਹੁਣ ਰਾਣਾ ਰਾਣਾ ਸੋਢੀ ਦੋ ਰਾਣੇ ਆ ਨਾ ਕਾਂਗਰਸ ਚ, ਇੱਕ ਤੇ ਰਾਣਾ ਹੈਗਾ, ਦੂਰੋਂ ਹੀ ਪਛਾਣਿਆ ਜਾਂਦਾ, ਇੱਕ ਰਾਣਾ ਗੁਰਮੀਤ ਆ ਜੀ। ਹਾਂ, ਤੇ ਹੁਣ ਰਾਣਾ ਗੁਰਮੀਤ ਸੋਢੀ ਦੀ ਭੂਮਿਕਾ ਕੈਪਟਨ ਵਾਲੇ ਦੇਖ ਲਓ ਨਾ। ਪਟਿਆਲੇ ਜਾਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਪਟਿਆਲੇ ਵਿੱਚ ਜੋ ਕੁਝ ਹੋਇਆ, ਬੇਵਸੀ ਵੇਖੀ ਕੈਪਟਨ ਸਾਹਿਬ ਦੀ। ਚਲੋ ਵੀਡੀਓ ਬਣਦੀ ਪਈ, ਕਿਸੇ ਨੇ ਬਣਾਈ ਆ ਪਾਈ ਆ ਨਾ, ਅਸੀਂ ਕਾਪੀਰਾਈਟਸ ਕਰਕੇ ਨਹੀਂ ਦਿਖਾ ਸਕਦੇ ਆਪਣੇ, ਪਰ ਜੋ ਬੇਵਸੀ ਮੈਂ ਦੇਖੀ ਹੈ, ਵੇਖ ਲਓ ਸਮਾਂ ਬੜਾ ਬਲਵਾਨ ਆ ਜੀ। ਸਮੇਂ ਦੀਆਂ ਗੱਲਾਂ, ਕੱਲ੍ਹ ਤੱਕ ਜਿੱਦਾਂ ਮਤਲਬ ਖਲੋਤੇ ਨੇ, ਮਜਾਲ ਆ, ਇਹੀ ਕਿਤੇ ਮਹੀਨਾ ਦੋ ਮਹੀਨੇ ਪਹਿਲਾਂ ਕਿਤੇ ਹੁੰਦਾ ਤੇ ਆਹ ਪਹਿਲਾਂ ਤਾਂ ਨੌਬਤ ਹੀ ਨਹੀਂ ਹੋਣੀ। ਕਾਂਗਰਸ ਨੂੰ ਇੱਕ ਵੱਡਾ ਝਟਕਾ, ਫਿਰ ਚੱਲਦੇ ਆ ਪਟਿਆਲੇ ਮੇਘਾਲਿਆ ਦੇ 12 ਵਿਧਾਇਕ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋਏ ਨੇ, ਰੁੱਤ ਬਦਲੀਆਂ ਦੀ ਆਈ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਿਲਕੁਲ ਬਿਲਕੁਲ। ਹਰਿਆਣਾ ਦਾ ਇੱਕ ਵਿਧਾਇਕ ਸੀ ਜੀ, ਆਇਆ ਰਾਮ, ਇਹ 1960 ਦੇ ਕਰੀਬ ਦੀ ਗੱਲ। ਉਹਨੇ ਦੋ ਤਿੰਨ ਦਿਨ ਚਾਰ ਪਾਰਟੀਆਂ ਬਦਲੀਆਂ ਸੀ, ਕਦੀ ਉੱਧਰ ਕਦੀ ਉੱਧਰ ਕਦੀ ਉੱਧਰ ਕਦੀ, ਫਿਰ ਉਦੋਂ ਆਇਆ ਗਿਆ ਆਇਆ ਰਾਮ ਦੇ 11 ਰਨ ਕਰੀ ਸ਼ੁਰੂ ਕਰਤਾ ਸੀ। ਹਾਲਾਤ ਇਹ ਬਣੇ ਪਏ, ਕਾਂਗਰਸ ਵਾਲੇ ਤੇ ਕਿਹਾ ਜਾਂਦਾ ਵੀ ਇਹਨਾਂ ਦੀ ਕੋਈ ਮਾਈ ਬਾਪ ਨੀ, ਜਦੋਂ ਮਰਜ਼ੀ ਤੋੜ ਲਓ ਇਹਨਾਂ, ਕਿਉਂ ਇਹ ਲੋਕ ਸਿਰਫ ਕੁਰਸੀਆਂ ਤੇ ਬਹਿਣਾ ਗਿੱਜੇ ਤੇ ਏਸੀ ਕਮੇ ਚੜ੍ਹਨਾ ਗਿੱਜੇ ਨੇ, ਇਹਨਾਂ ਨੂੰ ਸੱਤਾ ਚਾਹੀਦੀ, ਬਾਕੀ ਕੁਛ ਨੀ ਚਾਹੀਦਾ। ਹੁਣ ਜਿਹੜਾ ਬਕਾਇਦਾ ਤੌਰ ਤੇ ਸਾਬਕਾ ਇਹਨਾਂ ਦਾ ਸੀਐਮ ਸੀ ਸੰਗਮਾ, ਉਹ ਵੀ ਨਾਲ ਚਲੇ ਗਏ ਇਹਨਾਂ 12 ਵਿਧਾਇਕਾਂ ਦੇ, ਟੋਟਲ 17 ਵਿਧਾਇਕ ਸੀ, 17 ਦੇ ਵਿੱਚੋਂ 12 ਚਲੇ ਗਏ ਤ੍ਰਿਣਮੂਲ ਕਾਂਗਰਸ। ਕਿਉਂ ਗਏ? ਤ੍ਰਿਣਮੂਲ ਕਾਂਗਰਸ ਈਸਟ ਤੋਂ ਜਿਹੜੇ ਛੋਟੇ ਛੋਟੇ ਸੂਬੇ ਉੱਥੇ ਕਾਫੀ ਪੈਰ ਜਮਾ ਰਹੇ, ਤ੍ਰਿਪੁਰਾ ਦੇ ਵਿੱਚ ਬਕਾਇਦਾ ਤੌਰ ਤੇ ਜੋ ਕੁਛ ਹੋਇਆ, ਮਮਤਾ ਆਪ ਜਾ ਕੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਵੀ, ਤੁਸੀਂ ਜੋ ਕਰੋ ਗਲਤ ਕਰ ਰਹੇ ਹੋ, ਤੁਸੀਂ ਲੋਕਾਂ ਦੇ ਘਰ ਜਾ ਰਹੇ ਹੋ, ਤੁਸੀਂ ਉੱਥੇ ਮਸਜਿਦਾਂ ਜਾਣਤੀਆਂ, ਉੱਥੇ ਚਰਚਾਂ ਜਾਣਤੀ, ਤੁਸੀਂ ਕੀਤਾ ਕੀ ਹੈ? ਤੇ ਮਮਤਾ ਤੋਂ ਚੱਲ ਵੀ ਬੜੇ ਨੇ ਸਾਰੇ, ਹਾਲੀ ਕੋਈ ਬੜੀ ਪੋਲਾਈਟਲੀ ਬੋਲਦੀ ਹੈ,
ਹੁਣ ਇਹ ਤ੍ਰਿਪੁਰ ਆਇਆ, ਮੇਘਾਲਿਆ ਆਇਆ, ਮਨੀਪੁਰ ਆਇਆ, ਇਹਨਾਂ ਸਟੇਟਾਂ ਦੇ ਵਿੱਚ ਜਿਹੜੀ ਆ ਉਹ ਆਪਣੇ ਪੈਰ ਜਮਾ ਰਹੀ ਹੈ ਤ੍ਰਿਣਮੂਲ ਕਾਂਗਰਸ। ਇਹਨਾਂ ਨੂੰ ਪਤਾ ਕਿ ਹਾਲ ਦੀ ਘੜੀ ਕਾਂਗਰਸ ਦੇ ਪੱਲੇ ਕੱਖ ਨੀ ਹੈਗਾ ਤੇ ਤ੍ਰਿਣਮੂਲ ਕਾਂਗਰਸ, ਤ੍ਰਿਣਮੂਲ ਦਾ ਮਤਲਬ ਨਾ ਮੁੱਢਲੀ ਜੜਾਂ ਤੱਕ ਜਿਹੜੀ ਫੈਲੀ ਹੋਵੇ ਉਹ ਆ। ਹੁਣ ਤ੍ਰਿਪੁਰਾ ਦਾ ਕੀ ਆ, ਮਾਣਕ ਸਰਕਾਰ ਜਿਹੜੇ ਖੱਬੇ ਪੱਖੇ ਦਾ ਮੁੱਖ ਮੰਤਰੀ ਸੀ ਜਿੰਨਾ ਚਿਰ ਰਿਹਾ, ਉਹਨੇ ਮੇਰੇ ਖਿਆਲ ਘੱਟੋ ਘੱਟ 15-20 ਸਾਲ ਰਿਹਾ, ਉਹਨੇ ਉੱਥੋਂ ਦਾ ਬੜਾ ਸੁਧਾਰ ਸੀ। ਸੜਕਾਂ ਮਲਾਈ ਲੱਗੀਆਂ ਬਣਾਤੀਆਂ, ਯੂਨੀਵਰਸਿਟੀਆਂ ਬਣਾਤੀਆਂ, ਸਕੂਲ ਬਣਾਤੇ, ਐਜੂਕੇਸ਼ਨ ਲੜਕੀਆਂ ਦੀ ਫ੍ਰੀ ਕਰ ਦਿੱਤੀ, ਬੜੇ ਸੁਧਾਰ ਕੀਤੇ। ਆਪਣੀ ਤਨਖਾਹ ਮੁੱਖ ਮੰਤਰੀ ਦੀ ਕਿੰਨੀ ਸੀ? 9,243 ਰੁਪਏ। ਜਿਹੜੀ ਤਨਖਾਹ ਸਾਰੀ ਦੀ ਸਾਰੀ ਪਾਰਟੀ ਫੰਡ ਦਿੰਦੀ ਤੇ ਪਾਰਟੀ ਉਹਨੂੰ ਬਕਾਇਦਾ ਤੌਰ ਤੇ 5,000 ਰੁਪਇਆ ਮਹੀਨਾ ਜਿਹੜੇ ਗੁਜ਼ਾਰਾ ਪਤਾ ਦਿੰਦੀ। ਉਹਦੀ ਘਰ ਵਾਲੀ ਟੀਚਰ ਸੀ, ਤੇ ਟੀਚਰ ਰਿਟਾਇਰ ਹੋਈ ਉਹਦੀ, ਤੇ ਫਿਰ ਉਹ ਆਪਣਾ ਛੋਟਾ ਜਿਹਾ ਇੱਕ ਮਕਾਨ ਲੈਣ ਆਉਂਦੇ ਹੋਇਆ ਤੇ ਘਰੋਂ ਤੁਰ ਕੇ ਜਾਂ ਰਿਕਸ਼ੇ ਤੇ ਸਾਈਕਲ ਤੇ ਜਾਂਦਾ ਸੀ, ਕਹਿੰਦਾ ਸੀ ਨਹੀਂ ਸਰਕਾਰੀ ਗੱਡੀ ਉਦੋਂ ਵਰਤਣੀ ਜਦੋਂ ਸਰਕਾਰ ਦਾ ਕੰਮ ਕਰਨੀ। ਸਾਡੇ ਅੱਜ ਦੀ ਮੈਂ ਅੱਜ ਦੀ ਗੱਲ ਕਰ ਰਿਹਾ, ਅੱਜ ਦੀ ਜਿਹੜੇ ਥੋੜਾ ਪਿਛਲੇ ਸਮੇਂ ਥੋੜੇ ਦੋ ਚਾਰ ਸਾਲ ਤੋਂ ਇਹਨਾਂ ਦੀ ਗੱਲ ਕਰਦਾ। ਉਸ ਮਾਣਕ ਸਰਕਾਰ ਨੂੰ ਲਾ ਕੇ ਲੋਕ ਉੱਥੋਂ ਪਛਤਾਉਂਦੇ ਨੇ ਹੁਣ ਤੇ ਅਸੀਂ ਲਾਇਆ ਨੀ, ਬੀਜੇਪੀ ਨੇ ਬੜੀ ਬੁਰੀ ਤਰ੍ਹਾਂ ਲਾਇਆ। ਹੁਣ ਉੱਥੇ ਜਿਹੜੀ ਆ ਤ੍ਰਿਣਮੂਲ ਕਾਂਗਰਸ ਆਪਣੇ ਪੈਰ ਪਸਾ ਰਹੀ ਆ, ਉਮੀਦ ਆ ਕਿ ਤ੍ਰਿਪੁਰਾ ਦੇ ਵਿੱਚ ਐਤਕੀ ਜਿਹੜੀ ਆ ਇਹ ਬਕਾਇਦਾ ਤੌਰ ਤੇ ਤ੍ਰਿਣਮੂਲ ਕਾਂਗਰਸ ਆਪਣੀ ਜਿਹੜੇ ਪੈਰ ਜਮਾ ਕੇ ਉੱਥੇ ਸਰਕਾਰ ਬਣਾ ਸਕਦੀ। ਜੇ ਉਹਨੇ ਸਰਕਾਰ ਬਣਾ ਲਈ ਤੇ ਬੀਜੇਪੀ ਦੇ ਧੋਤੇ ਨੂੰ ਤੇ ਚਪੇੜ ਹੋਊਗੀ, ਕਿਉਂਕਿ ਬੰਗਾਲ ਦੇ ਵਿੱਚ ਕਾਂਗਰਸ ਖਤਮ ਹੋ ਗਈ, ਉੱਥੇ ਕਾਂਗਰਸ ਦੀ ਸਰਕਾਰ ਸੀ, ਜਿੰਨੇ ਕਾਂਗਰਸ ਸੀ ਸਾਰੇ ਬੀਜੇਪੀ ਸ਼ਾਮਿਲ ਹੋ ਗਏ ਉੱਥੇ, ਜਿੱਦਾਂ ਵੀ ਬੰਗਾਲ ਚ ਹੋਇਆ ਸੀ ਜੀ। ਗੜੀ ਬੜੀ ਗੱਲ ਕੀ, ਧੋਤੇ ਮੂੰਹ ਤੇ ਚਪੇੜ। ਤੇ ਜਦੋਂ ਤੁਸੀਂ ਹਾਂ ਮੁੱਖ ਮੰਤਰੀ ਘਰ ਬਣਾਉਣ ਦੀ ਗੱਲ ਕਰਦੇ ਹੋ ਤਾਂ ਮੈਨੂੰ ਉਹ ਦਿਨ ਯਾਦ ਆ ਜਾਂਦੇ ਆ, ਮਿੱਠੀ ਮਿੱਠੀ ਜੀ ਰੁੱਤ ਸੀ, ਹਾਣੀਆਂ ਦੇ ਨਾਲ ਤੁਰੇ ਜਾਂਦੇ ਸਾਂ, ਘਰ ਤੋਂ ਸਕੂਲ ਨੂੰ ਐਂਟਰੀ ਗੇਟ ਆਉਂਦਾ ਸੀ ਸਰਕਾਰੀ ਹਾਈ ਸਕੂਲ ਫਤਿਹਾਬਾਦ, ਇੱਕ ਪਾਸੇ ਲਿਖਿਆ ਸੀ ਧੀ ਪੜ੍ਹਾਇਆ ਸੁਧਰ ਦੀ ਆਦਮ ਦੀ ਸੰਤਾਨ, ਪੁੱਤ ਪੜ੍ਹਾਇਆ ਸੁਧਰ ਦਾ ਆਪਣਾ ਖਾਨਦਾਨ, ਤੇ ਅੰਦਰ ਜਾ ਕੇ ਜਦੋਂ ਬੈਠੇ ਮਾਸਟਰ ਜੀ ਕਲਾਸ ਪੀਰੀਅਡ ਲੱਗਾ, ਹਾਂਜੀ ਲੈਫਟ ਰਾਈਟ ਕਰਾ ਕੇ, ਅਤੇ ਜਦੋਂ ਬੈਠੇ ਅਤੇ ਉਦੋਂ ਅਖਬਾਰਾਂ ਵਾਲੇ ਵੀ ਅਖਬਾਰ ਸਕੂਲ ਛੁੱਟ ਕੇ ਜਾਂਦੇ ਸੀ, ਉਹ ਪੰਜਾਬੀ ਮਾਸਟਰ, ਓਏ ਮੁੰਡਿਓ ਸੂਬੇ ਦਾ ਭੜਾ ਹੋਣ ਵਾਲਾ, ਪੰਜਾਬ ਨੂੰ ਇਹੋ ਜਿਹਾ ਮੁੱਖ ਮੰਤਰੀ ਮਿਲ ਗਿਆ। ਸਾਰੇ ਬਚਪਨ 7ਵੀਂ 8ਵੀਂ ਦੀ ਕਲਾਸ 'ਚ ਹੁੰਦੇ, 5ਵੀਂ 6ਵੀਂ 7ਵੀਂ ਮੇਰੇ ਖਿਆਲ ਦੇ ਵਿੱਚ 7ਵੀਂ 'ਚ ਹੋਵਾਂਗੇ ਮੇਰੇ ਖਿਆਲ 'ਚ, ਹੈ ਨਾ। ਓਏ ਮੁੰਡਿਓ ਧਿਆਨ ਦਿਓ, ਇਹ ਜੀ ਕੀ ਆ ਜੀ, ਸੂਬੇ ਦੇ ਮੁੱਖ ਮੰਤਰੀ ਨੇ 1 ਰੁਪਿਆ ਤਨਖਾਹ ਲਿਆ ਕਰਨੀ ਆ, ਪਹਿਲੀ ਵਾਰੀ ਮਿਲਿਆ, ਸਾਰੇ ਸੀਨ ਯਾਦ ਆ ਜਾਂਦੇ, ਮਾਸਟਰ ਜੀ 1 ਰੁਪਿਆ ਤਨਖਾਹ, ਇਹੋ ਜਿਹਾ ਮੁੱਖ ਮੰਤਰੀ ਆ। ਹੁਣ ਵੇਖਿਓ ਨੁਹਾਰਾਂ ਬਦਲ ਜਾਣੀਆਂ, ਮੈਨੂੰ ਲੱਗਦਾ ਉਹ ਵਿਚਾਰਾ ਨੀਲੀ ਬਣਦਾ ਹੋਣਾ ਉਦੋਂ, ਚੰਗਾ ਉਹ ਸਾਨੂੰ ਅਜੇ ਵੀ ਤੱਕ ਉਹਦਾ ਐਡਾ ਵੱਡਾ ਮੇਰੇ ਗੋਗੜ ਅਤੇ ਕੁੜਤਾ ਪਜਾਮਾ ਪਾਇਆ ਅਤੇ ਕੁਰਸੀ ਦੇ ਪਾਵੇ ਹਿਲਦੇ ਸੀ, ਚੂੰ ਚੂੰ ਕਰਦੇ ਨੇ ਸਕੂਲਾਂ ਦੀਆਂ ਕੁਰਸੀਆਂ ਜੀਆਂ, ਅਤੇ ਉਹਨੇ ਉੱਠ ਕੇ ਓਏ ਮੁੱਖ ਮੰਤਰੀ ਮਿਲ ਗਿਆ ਸੂਬੇ ਦਾ, ਉੱਧਰ ਮਾਹੌਲ ਹੀ ਕੁਝ ਹੋਰ ਸੀ, ਪਰ ਉਹ 1 ਰੁਪਿਆ ਲੈਣ ਵਾਲਾ ਮੁੱਖ ਮੰਤਰੀ ਵੇਖ ਲਓ ਹੁਣ ਤੁਸੀਂ, ਅਤੇ ਹਾਂ ਮੁੱਖ ਮੰਤਰੀ ਵੇਖ ਲਓ ਜਿਹਨੂੰ 5,000 ਰੁਪਇਆ ਭੱਤਾ ਮਿਲਦਾ ਸੀ ਅਤੇ ਸਾਰੀ ਤਨਖਾਹ ਉਹ 'ਚ ਪਾ ਦਿੰਦਾ ਸੀ, ਅਤੇ ਘਰ ਵਾਈਫ ਦੇ ਰਿਟਾਇਰਮੈਂਟ ਹੋਣ ਤੋਂ ਬਾਅਦ ਬਣਿਆ, ਅਤੇ ਇੱਥੇ ਕਿੰਨੇ ਕੁ ਸੁੱਖ ਨਿਵਾਸ ਨੇ ਪਤਾ ਹੀ ਕੋਈ ਨਹੀਂ, ਹੈ ਦੇਸ਼ਾਂ ਵਿਦੇਸ਼ਾਂ ਦੇ ਵੀ ਕਿੰਨੇ ਕੁ ਸੁੱਖ ਨਿਵਾਸ ਨੇ ਪਤਾ ਹੀ ਕੋਈ ਨਹੀਂ। ਬਈ ਚਾਰੜਿਆਂ ਨੂੰ ਚੰਗਾ ਨਹੀਂ ਲੱਗਣਾ, ਆਪਾਂ ਅੱਗੇ ਵੱਧਦੇ ਹਾਂ। ਵੋਇਸ ਆਫ ਸਿਟੀ 1320 AM। ਸਭਨਾ ਸੌਰੀ ਵੰਜਨਾ ਕਹਿੰਦੇ ਮੁਰਦੇ ਦੇ ਕਫਨ ਨੂੰ ਬਟਵੇ ਨਹੀਂ ਲੱਗਦੇ, ਬੋਝੇ ਨਹੀਂ ਲੱਗਦੇ, ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੀ ਉੱਠ ਜਾਏ। ਪਟੀ ਸਾਹਿਬ ਇੱਥੇ ਕੋਟ ਪੈਂਟ ਪਾਉਂਦੇ ਆ, ਉਹਨੂੰ ਬਟਵਾ ਲੱਗਾ ਬੋਝਾ ਲੱਗਾ ਹੁੰਦਾ ਜੇ ਪੈਂਟਾਂ ਨੂੰ ਵੀ, ਹਾਂਜੀ ਇੱਥੇ ਤੇ ਜਦੋਂ ਮੁਰਦਾ ਪਿਆ ਹੁੰਦਾ ਪਤਾ ਨਹੀਂ ਉੱਠ ਕੇ ਕਿਹੜੇ ਵੇਲੇ ਗੱਲਾਂ ਕਰ ਲਾ ਪਣੀਆਂ, ਬੰਦਾ ਡਰਦਾ ਡਰਦਾ ਰਿਹਾ, ਫੁੱਲ ਚਾੜਦਾ, ਇਹਨੇ ਕਹਿਣਾ ਓਏ ਮੇਰੇ ਪੈਸੇ ਨਹੀਂ ਦਿੱਤੇ ਤੂੰ, ਮਰਨ ਦਾ ਮਜ਼ਾ ਵੀ ਇੱਥੇ ਆ। ਹਾਂਜੀ ਸੋਹਣਾ ਤਬੂਤ ਪਿਆ ਹੁੰਦਾ, ਆਸੇ ਪਾਸੇ ਕੁਰਸੀਆਂ ਤੇ ਅਗਰਬੱਤੀਆਂ ਝੁਕਦੀਆਂ ਦੀਆਂ, ਬਾਹਰ ਫੋਟੋ ਉੱਥੇ ਲਿਖਿਆ ਬੁੱਕ ਪਈ ਹੁੰਦੀ ਆ ਕੰਡੋਲੈਂਸ ਵਾਸਤੇ, ਲੋਕ ਦਿਨ ਬੜਾ ਸੋਹਣਾ ਸੋਹਣਾ। ਹਾਂਜੀ ਅਤੇ ਜੇ ਮੇਰੇ ਵਰਗੇ ਨੇ ਕਿਹੜੇ ਦਰਸ਼ਨ ਕਰਨ ਗਏ ਤੇ ਪੈਸੇ ਦੇਣ, ਪਤਾ ਲੱਗਦਾ ਵੀ ਕਿਤੇ ਉੱਠ ਕੇ ਨਾ ਮੰਗਣ ਲੱਗ ਪਏ, ਇੰਨਾ ਸੋਹਣਾ ਪਿਆ ਹੁੰਦਾ ਉਹ। ਖੈਰ ਐਨੀਵੇ ਸਭਨਾ ਸੌਰੀ ਵੰਜਣਾ ਸਭ ਮਕਲਾਵਣ, ਹਾਂ ਜਾਣਾ ਯਾਰ ਉਹ
ਜਾਣਾ ਹੈ, ਮਰਨਾ ਜਾਣਾ ਜਾਣਾ ਮਰਨਾ ਮਰਨਾ ਸੱਚ ਹੈ, ਸੱਚ ਹੈ ਮਰਨ ਲਿਖਾਏ ਮੰਡਲ ਮੇ ਆਏ, ਜੋ ਪੁੱਜਿਓ ਸੋ ਬਿਣ ਸਹਿ ਕਰੋ ਪਾਰ, ਆਰ ਕੇ ਪਾਰ ਆਜ ਕੇ ਪਾਰ, ਜਾਣਾ ਹੀ ਜਾਣਾ ਆਪਾਂ, ਜਾਣਾ ਹੀ ਜਾਣਾ, ਜਾਣਾ ਹੀ ਜਾਣਾ। ਹਾਂਜੀ, ਸਾਰੇ ਚਲੇ ਗਏ, ਪਤਾ ਨਹੀਂ ਕਿੰਨੇ ਕਿੰਨੇ ਪੂਰ ਨੇ ਚਲੇ ਗਏ, ਅਸੀਂ ਕਿਹਦੇ ਤੋਂ ਆ, ਹੈ ਨਾ। 121 ਸਿਟੀ ਵਿਊ ਰੈਕਸਡੇਲ 3-4 ਵਿਲ ਕਿਚਨਰ ਦਾ ਪਤਾ ਦੇ ਦਿੰਦੇ ਹਾਂ, ਫੋਨ ਨੰਬਰ ਐਨੀ ਟਾਈਮ ਮੇਰੇ ਕੋਲ ਲੈ ਲਿਓ। ਤੁਹਾਡੀਆਂ ਧਾਰਮਿਕ ਰੋਹਰਿਤਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਨੇ। ਲੋਟਸ ਫਿਊਨਰਲ ਹੋਮ 647-547-8188, ਹਾਂਜੀ, ਉਹਨਾਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਪ੍ਰੋਗਰਾਮ ਦਾ ਹਿੱਸਾ। ਆਓ ਚੱਲਦੇ ਹਾਂ ਪਟਿਆਲੇ, ਫਿਰ ਜੋ ਉੱਥੇ ਹਾਲਾਤ ਹੋਏ ਨੇ, ਜੋ ਵੀਡੀਓ ਵੇਖਦੇ ਪਏ ਹਾਂ, ਬੜੇ ਬੇਵੱਸ ਜੇ ਰਾਜਾ ਸਾਹਿਬ ਨਜ਼ਰ ਆ ਰਹੇ ਨੇ, ਵੱਸ ਨਹੀਂ ਚੱਲ ਰਿਹਾ, ਪਰ ਲੱਗਾ ਕਰਾਰਾ ਝਟਕਾ। ਕੱਲ੍ਹ ਤਾਂ ਕਹਿੰਦੇ ਸੀ ਜਿਹੜੇ ਮਰਾਂਗੇ ਨਾਲ ਤੇਰੇ ਦੇ, ਛੱਡ ਕੇ ਮੈਦਾਨ ਭੱਜ ਗਏ। ਬ੍ਰਹਮ ਮਹਿੰਦਰਾ ਨੇ ਕਿਹਾ ਨਵਾਂ ਮੇਅਰ ਲਗਾਇਆ ਜਾਵੇਗਾ, ਕੈਪਟਨ ਧੜੇ ਨੂੰ ਲੱਗਾ ਪਹਿਲਾ, ਇਹਨੂੰ ਕਰਾਰਾ ਝਟਕਾ ਆਪਣੇ ਸ਼ਹਿਰ ਦੇ ਵਿੱਚ, ਜਿੱਥੋਂ ਚੋਣ ਲੜਨ ਬਾਰੇ ਸੋਚ ਰਹੇ ਨੇ, ਕਹਿੰਦੇ ਚੈਲੇਂਜ ਕਰ ਰਹੇ ਨੇ ਨਵਜੋਤ ਸਿੱਧੂ ਨੂੰ, ਉੱਥੋਂ ਇਹ ਪਹਿਲਾ ਝਟਕਾ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਇਹ ਆ ਜੀ, ਕੈਪਟਨ ਅਮਰਿੰਦਰ ਸਿੰਘ ਉੱਥੇ ਨਹੀਂ ਸੀ ਜਾਣਾ ਚਾਹੀਦਾ, ਲੇਕਿਨ ਧੜਾ ਸੀ, ਜਾਣਾ ਪੈਣਾ ਸੀ, ਧੜੇ ਕਰਕੇ ਜਾਣਾ ਪਿਆ। ਪਟਿਆਲਾ ਕਾਰਪੋਰੇਸ਼ਨ ਦੇ 60 ਜਿਹੜੇ ਬੇ ਕੌਂਸਲਰ ਨੇ ਬਕਾਇਦਾ ਤੌਰ ਤੇ, 60 ਦੇ 60 ਹੀ ਜਿਹੜੇ ਆ ਉਹ ਕਾਂਗਰਸ ਦੇ, ਉਹਦੇ ਵਿੱਚ 3 ਵਿਧਾਇਕ ਨੇ ਜਾਂ ਵੋਟ ਪਾਉਣੀ ਸੀ, ਇੱਕ ਬ੍ਰਹਮ ਮਹਿੰਦਰਾ, ਇੱਕ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ, 63 ਬੰਦੇ ਕੋਲ। 63 ਦੇ ਵਿੱਚੋਂ 69 ਵਿਧਾਇਕ ਜਿਹੜੇ ਸੀ ਉੱਥੇ ਹਾਜ਼ਰ ਸਨ ਤੇ 3 MLA ਹਾਜ਼ਰ ਸਨ। 3 MLA ਜਿਹੜਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਕਿਸੇ ਦੀ ਵੋਟ ਨਹੀਂ ਪਾਈ ਤੇ 61 ਵੋਟਾਂ ਪੋਲ ਹੋਈਆਂ, ਜਿਹਦੇ ਵਿੱਚੋਂ 25 ਵੋਟਾਂ ਜਿਹੜੀਆਂ ਵਾ ਉਹ ਜਿਹੜਾ ਇਹਨਾਂ ਦਾ ਮੇਅਰ ਸੀਗਾ ਮੁੰਡਾ ਮੇਅਰ ਸੀ ਸ਼ਰਮਾ, ਉਹਨੂੰ ਮਿਲੀਆਂ, ਬਿੱਟੂ ਸ਼ਰਮਾ ਉਹਨੂੰ ਮਿਲੀਆਂ ਨੇ 25 ਵੋਟਾਂ, ਤੇ ਜਿਹੜੀ ਦੂਸਰੀ ਜਿਹੜੀ ਦੂਜੇ ਪਾਸੇ ਪਈਆਂ ਵੋਟਾਂ ਵਾ 36 36 ਵੋਟਾਂ ਪਾਉਣ ਤੇ ਹੁਣ ਇਹ ਬਹਾਨਾ ਇਹ ਬਣਾਉਂਦੇ ਆ ਭਾਈ ਮੈਨੂੰ ਲਾਉਣ ਵਾਸਤੇ ਤੁਹਾਨੂੰ 2-3 ਬਹੁਮਤ ਚਾਹੀਦਾ ਸੀ। ਕਿੱਥੇ ਲਿਖਿਆ ਦੱਸ ਦੇ, ਕਿਸੇ ਵਿਧਾਨ ਸਭਾ ਚ ਲਿਖਿਆ ਕਿ ਕਿਸੇ ਲੋਕ ਸਭਾ ਚ ਲਿਖਿਆ ਕਿ ਕਿਹੜੇ ਸਿਧਾਂਤ ਤੁਸੀਂ ਕਹਿੰਦੇ ਹੋ, ਮੰਨ ਲੈਂਦੇ ਅਸੀਂ ਕੋਈ ਗੱਲ, ਤੁਸੀਂ ਜਾਓ ਜਾ ਕੇ ਕੋਰਟ ਚੈਲੇਂਜ ਕਰੋ ਇਹਨਾਂ ਨੂੰ। ਕਹਿੰਦੇ ਜੀ ਸਾਡੇ 25 ਵਿਧਾਇਕ ਦੀ ਵਿਧਾਇਕ ਚੁੱਕ ਕੇ ਲੈ ਕੇ ਤੇ ਵਿਧਾਇਕ ਤੇ ਪੂਰੇ ਬੈਠੇ ਸਾਰੇ ਉੱਥੇ, ਤੁਹਾਡੇ ਮੀਸ਼ਨ ਦੇ ਵਿੱਚ ਚੁੱਕੀ ਕਿਵੇਂ ਲੈ ਗਏ? ਹੁਣ ਅਗਲੀ ਗੱਲ ਕਰਦੇ ਹਾਂ, ਦੋ ਬੰਦੇ ਜਿਹੜੇ ਇੱਕ ਦੂਜੇ ਪੂਰਕ ਸਨ, ਸਾਰੀ ਉਮਰ ਨੀ ਮਿਲੀ ਇੱਕ ਦੂਜੇ ਵਿਰੋਧ ਚ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਪਟਿਆਲੇ ਸ਼ਹਿਰ ਚੋਂ ਇਲੈਕਸ਼ਨ ਦੀ ਬਾਹਰੋਂ ਲੜ ਪਏ ਸੀ, ਬ੍ਰਹਮ ਮਹਿੰਦਰਾ ਵਿਰੋਧ ਕਰਦਾ। ਪਹਿਲੀ ਵਾਰੀ 2017 ਦੋ ਜਾਣੇ ਇਕੱਠੇ ਇੱਕ ਮੰਚ ਤੇ ਹੋਏ ਨੇ, ਪਤੀਲੇ ਪਤਾ ਨੀ ਸੀ, 5 ਸਾਲ ਪੂਰੇ ਨਿਕਲਣੇ ਨੀ, ਪਹਿਲਾਂ ਹੀ ਜਿਹੜੀ ਜੋੜੀ ਸੀ ਤੜਕ ਕੇ ਟੁੱਟ ਗਈ। ਹੁਣ ਬ੍ਰਹਮ ਮਹਿੰਦਰਾ ਸਾਹਿਬ ਨੇ ਕਹਿਤਾ ਜੀ ਵੇਖੋ ਜੀ 36 ਵੋਟਾਂ ਦੇ ਖਿਲਾਫ਼ ਪਈਆਂ, 25 ਦੇ ਹੱਕ ਚ ਪਈਆਂ ਤੇ ਉਹਨੂੰ ਮੁਅੱਤਲ ਕਰ ਦਿੱਤਾ ਗਿਆ, ਤੇ ਬਕਾਇਦਾ ਤੌਰ ਤੇ ਜਗਿੰਦਰ ਸਿੰਘ ਜੋਗੀ ਨੂੰ ਉਹਦੀ ਜਗ੍ਹਾ ਜਿਹੜਾ ਸੀਗਾ ਨੀਤੀ ਪ੍ਰਧਾਨ ਸੀ ਉਹਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ। ਅਗਲੇ ਦਿਨਾਂ ਚ ਫਿਰ ਮੀਟਿੰਗ ਹੋਏਗੀ, ਮੇਅਰ ਦੀ ਚੋਣ ਕਰ ਲੈਣਗੇ, ਉੱਥੇ ਕੋਈ ਗੱਲ ਹੀ ਨਹੀਂ ਹੋ ਜਾਏਗੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸ਼ਹਿਰ ਆਪਣੇ ਘਰ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਜਿੱਥੇ ਉਹ ਮਹਾਰਾਜਾ ਖੋਦੇ ਨੇ ਉਹਦੇ ਵਿੱਚ ਏਡਾ ਵੱਡਾ ਝਟਕਾ ਮਿਲਣਾ ਇੱਕ ਬੜੀ ਵੱਡੀ ਗੱਲ। ਕਿੰਨੇ ਮਿਲ ਜੇ ਨਹੀਂ 6 ਹੋਰ 6 ਕੌਂਸਲ 6 ਨੀ ਪੈਦਾ ਕਰ ਸਕੇ, ਕਿਹੜੀ ਚੀਜ਼ ਨੀ ਮਿਲਦੀ ਅੱਜ, ਤੁਸੀਂ ਜਾਓ ਮਾਰਕੀਟ ਚ ਜਾਣ ਵਾਸਤੇ ਹਰ ਚੀਜ਼ ਮਿਲ ਜਾਂਦੀ, ਖਰੀਦਦੇ ਵੀ ਰਹੇ ਹੋ ਕੈਪਟਨ ਸਾਹਿਬ ਤੁਸੀਂ ਆਪ, ਇਹ ਨੀ ਤੁਸੀਂ ਪੈਦਾ ਕਰ ਸਕੇ ਤੇ ਹੁਣ ਬਹਾਨੇ ਬਾਜੀਆਂ ਕਰਦੇ ਹੋ, ਚੁੱਪ ਕਰਕੇ ਮੂੰਹ ਲੜੀ ਕਮੜ ਕੇ ਘਰ ਨੂੰ ਆ ਗਏ, ਕੱਲ ਨੂੰ ਤੁਸੀਂ ਕੀ ਲੋਕਾਂ ਜਾ ਕੇ ਕਹੋਗੇ? ਬਿਲਕੁਲ ਬਿਲਕੁਲ, ਤੁਸੀਂ ਕਹਿੰਦੇ ਵੀ ਮੈਂ ਕੈਪਟਨ ਮੈਂ ਸਿੱਧੂ ਨੂੰ ਰੋਣਾ, ਸਿੱਧੂ ਬਾਰੇ ਤਾਂ ਤੁਸੀਂ ਆਪਣੀ ਸੀਟ ਦਾ ਉਦੋਂ ਐਲਾਨ ਕੀਤਾ ਜਦੋਂ ਸਿੱਧੂ ਨੇ ਐਲਾਨ ਕਰਤਾ ਵੀ ਮੈਂ ਅੰਮ੍ਰਿਤਸਰ ਤੋਂ ਨੌਰਥ ਤੋਂ ਸੂਹ ਲੜਨੀ ਹੈ ਜੀ, ਅੰਮ੍ਰਿਤਸਰ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਕਿ ਮੈਂ ਅੰਮ੍ਰਿਤਸਰ ਨਹੀਂ ਛੱਡੂਗਾ, ਬਿਲਕੁਲ ਨੀ ਛੱਡੂਗਾ ਮੈਂ, ਫਿਰ ਤੁਸੀਂ ਅਨਾਊਂਸ ਕੀਤਾ ਜੀ ਵੀ ਪਟਿਆਲੇ ਤੋਂ ਚੋਣ ਲੜੂ, ਪਹਿਲਾਂ ਤੁਸੀਂ ਪੁੱਛ ਕੇ ਨੀ, ਇਸ ਕਰਕੇ ਤੁਸੀਂ ਬੀਜੇਪੀ ਦੇ ਹੱਕ ਚ ਪ੍ਰਚਾਰ ਕਰੋ, ਤੁਹਾਨੂੰ ਜਿਹੜੀ ਆ ਤੁਹਾਨੂੰ ਸੌ ਸੌ ਮੁਬਾਰਕ, ਕਹਿੰਦੇ ਨਹੀਂ ਜਾਓ ਮੈਂ ਪ੍ਰਚਾਰ ਕਰਾਂਗਾ, ਸਿੱਖ ਤਬ ਜਿੱਥੇ ਸਿੱਖ ਵਸੋਂ ਜ਼ਿਆਦੀ ਹੈ ਮੈਂ ਪ੍ਰਚਾਰ ਕਰਾਂਗਾ, ਸਿੱਧੂ ਸਾਹਿਬ ਕੈਪਟਨ ਸਿੱਧੂ ਸਾਹਿਬ ਉਹ ਜ਼ਮਾਨਾ ਨਹੀਂ ਰਹਿ ਗਿਆ, ਹੁਣ ਜ਼ਮਾਨਾ ਬਦਲ ਗਿਆ, ਲੋਕ
ਚਾਲਾਂ ਸਮਝਦੇ ਨੇ, ਲੋਕ ਸਮਝਦੇ ਨੇ ਕਿ ਕਿਹੜਾ ਬੰਦਾ ਕੀ ਕਰ ਰਿਹਾ, ਕਿੱਥੋਂ ਕਰ ਰਿਹਾ। ਮਜਬੂਰੀਆਂ ਕਿਸੇ ਵੇਲੇ ਜ਼ਰੂਰ ਕੰਮ ਕਰਵਾ ਜਾਂਦੀਆਂ ਨੇ, ਬਟ ਸਮਝਦਾਰ ਹੋ ਗਏ ਨੇ ਲੋਕ। ਗੱਲ ਕੀਤੀ ਸੀ ਟੁੱਟ ਗਈ ਤੜੱਕ ਕਰਕੇ, ਮੈਂ ਨਾ ਲਿੰਕ ਜੋੜਨਾ ਚਾਹੁੰਦਾ, ਬੜੇ ਵੈਲਵਿਸ਼ਰ ਨੇ, ਬੜੇ ਚਾਹੁਣ ਵਾਲੇ ਵੀ ਨੇ, ਜਿਨ੍ਹਾਂ ਦੇ ਇੱਧਰਾਂ ਦੇ ਉੱਤੇ ਉਹ ਜਾਂਦੇ ਨੇ, ਉਹਨਾਂ ਨੂੰ ਗੱਲ ਕਰਨ ਲੱਗਾ ਮੈਂ। ਬੜੇ ਇੱਥੇ ਉਹਨਾਂ ਦੇ ਚਾਹੁਣ ਵਾਲੇ ਨੇ, ਉਹਨਾਂ ਲਈ ਬੜੇ ਬੜੇ ਸਵਾਗਤ ਕੀਤੇ ਜਾਂਦੇ ਨੇ, ਦੋਸਤ ਮਿੱਤਰ ਵੀ ਸੁਣ ਰਹੇ ਹੋਣਗੇ। ਅੱਜ ਜੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਬਿੱਲ ਵਾਪਸ ਲੈ ਰਹੇ ਨੇ, ਨਾਲ ਕਿਸਾਨਾਂ ਨੂੰ, ਉਹਨਾਂ ਨੇ ਕਿਹਾ ਕੁਝ ਕਿਸਾਨਾਂ ਨੂੰ ਨਹੀਂ ਸਮਝਾ ਸਕੇ, ਅਸੀਂ ਮਾਫ਼ੀ ਚਾਹੁੰਦੇ। ਮਾਫ਼ੀ ਮੰਗਣ ਦਾ ਤਰੀਕਾ, ਚਲੋ ਜੋ ਮਤਲਬ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਤੱਕ ਦੇਵੀ ਪੂਜਕ ਬਣਾ ਕੇ ਜਾਣ ਵਾਲੀ ਗੱਲ, ਸਾਡੇ ਜਹੇਦਾਰ ਕੋਈ ਕੁਛ ਕਹੀ ਨਹੀਂ, ਮੰਨ ਲਿਆ ਵੀ ਦੇਵੀ ਪੂਜ ਸੀ, ਮੰਨ ਲਿਆ ਉਹਨਾਂ ਨੇ, ਮੰਨ ਲਿਆ, ਪੱਕੀ ਮੋਹਰ ਲਾਤੀ, ਕੋਈ ਟਕਸਾਲੀ ਨਹੀਂ ਬੋਲਿਆ, ਕੋਈ ਕਿਸੇ ਤਰੀਕੇ ਨਾਲ ਨਹੀਂ ਬੋਲਿਆ, ਮਤਲਬ ਚਲੋ ਪੂਰਨੇ ਪੈ ਗਏ ਨੇ। ਇਹ ਇਹ ਇਹਨੂੰ ਕਹਿੰਦੇ ਕੁਲਬੀਰ ਸਿੰਘ ਕੌੜੇ ਵਾਲੀ, ਉਹ ਗੱਲ ਸਿੱਖ ਵੀ ਨਿਕਲਿਆ ਗਿਆ, ਕਿੱਡਾ ਸੂਝਵਾਨ ਉਹਨੇ ਪਹਿਲਾਂ ਲਿਖ ਦਿੱਤਾ, ਹੈ ਨਾ, ਦਿਖਦਾ ਸੀ ਉਹਨੂੰ ਅੰਦਰਲੇ ਖਾਤਾਂ ਦੇ ਵਿੱਚ ਵੀ ਸਾਡੇ ਵਿਕੇ ਹੋਏ ਨੇ, ਗਦਾਰ ਨੇ, ਹਜੇ ਕੋਈ ਚੰਦ ਹੋਊਗਾ ਵੀ ਜਿਹੜਾ ਬਿਸ ਘੋਲ ਰਿਹਾ ਹੋਊਗਾ। ਐਨੀਵੇ ਮੈਂ ਗੱਲ ਕਰਨ ਲੱਗਾ ਸੀ ਵੀ ਅੱਜ ਨਹੀਂ ਤਾਂ ਕੱਲ੍ਹ ਹੀ ਮਾਨ ਸਾਹਿਬ ਗੁਰਦਾਸ ਮਾਂ ਦੀ ਗੱਲ ਕਰਨ ਲੱਗੇ ਹਾਂ, ਤੁਹਾਨੂੰ ਆਉਣਾ ਪੈਣਾ, ਤੁਹਾਨੂੰ ਉਹ ਬੱਤੀ ਵਾਲੀ ਗੱਲ ਵੀ ਵਾਪਸ ਲੈਣੀ ਪੈਣੀ ਹੈ, ਅਤੇ ਤੁਸੀਂ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਜੋ ਸ਼ਬਦ ਬੋਲੇ ਉਹ ਵੀ ਵਾਪਸ ਤੁਹਾਨੂੰ ਲੈਣੇ ਪੈਣੇ, ਅੱਜ ਲੈ ਲਓ, ਕੱਲ੍ਹ ਲੈ ਲਓ, ਪਰਸੋਂ ਲੈ ਲਓ। ਦੇਖ ਲਓ ਜਿਹਦੇ ਬਾਰੇ ਇਹ ਸੀ ਵੀ ਇਹਨੇ ਨਹੀਂ ਲੈਣੇ ਬਿੱਲ ਵਾਪਸ, ਭਾਵੇਂ ਕੋਈ ਚਾਲ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ, ਉਹਨੇ ਬਿੱਲ ਵੀ ਵਾਪਸ ਲੈ ਲਏ ਨੇ ਸਿੱਧੇ ਸਿੱਧੇ, ਅਤੇ ਕਿਹੜਾ ਮਾਫ਼ੀ ਵੀ ਮੰਗ ਲਈ ਆ, ਚਾਰ ਸਾਥੀ ਲਓ, ਸ੍ਰੀ ਦਰਬਾਰ ਸਾਹਿਬ ਆ ਕੇ ਮੱਥਾ ਟੇਕੋ, ਭੁੱਲ ਬਖਸ਼ਾਓ, ਅਤੇ ਚੜ੍ਹਦੀ ਕਲਾ ਵਾਲੇ ਪਾਸੇ ਜਾਓ। ਉਹ ਸੱਚੀ ਸਰਕਾਰ ਉਹੀ ਆ ਤੁਹਾਡੀ, ਉਹ ਆਖਰ ਗੁਰੂ ਗ੍ਰੰਥ ਸਾਹਿਬ ਦੇ ਲਾੜੇ ਲੱਗਣਾ ਪੈਣਾ ਤੁਹਾਨੂੰ, ਇੱਥੇ ਆਉਣਾ ਹੀ ਪੈਣਾ ਤੁਹਾਨੂੰ, ਤੁਹਾਡਾ ਜਨਮ ਇਸ ਕੌਮ ਦੇ ਵਿੱਚ ਹੋਇਆ, ਤੁਹਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ। ਗਲਤੀਆਂ ਇਨਸਾਨ ਕੋਈ ਹੁੰਦੀਆਂ ਨੇ, ਅਸੀਂ ਤੁਹਾਡੇ ਵੈਲਵਿਸ਼ਰਾਂ 'ਚੋਂ, ਅਸੀਂ ਵੀ ਤੁਹਾਨੂੰ ਮਿਸ ਕਰਦੇ ਹਾਂ, ਅਸੀਂ ਵੀ ਧੋਈਆ ਕੀਤਾ ਕਿ ਜਿੰਨਾ ਚਿਰ ਤੁਸੀਂ ਨਹੀਂ ਮਾਫ਼ੀ ਮੰਗਦੇ ਜਾਂ ਨਹੀਂ ਕੌਮ ਦੇ ਕੋਲੋਂ ਖਿਮਾ ਜਾਚਨਾ ਲੱਗ ਮੰਗਦੇ, ਉਹਨਾਂ 'ਚ ਤੁਹਾਡਾ ਨਾਂ ਇੱਥੇ ਗੀਤ ਲੱਗਣਾ, ਪੰਜਾਬ ਲਾ ਦੀਏ, ਲੋਕ ਗਾਲਾਂ ਕੱਢਦੇ, ਅਤੇ ਗਾਲਾਂ ਕੌਣ ਖਾਵੇ, ਗਾਲਾਂ ਕੌਣ ਖਾਵੇ, ਇੰਨੇ ਸਾਲਾਂ ਦੇ ਨਹੀਂ ਲੱਗੇ ਚੱਲੀ ਜਾਂਦੇ ਹੈ ਨਾ, ਅਤੇ ਜਿਹੜਾ ਲਾ ਕੇ ਜਿਹੜਾ ਲਾਉਂਦਾ ਉਹਨੂੰ ਪੈਂਦੀਆਂ ਨੇ, ਪਰ ਉਹ ਮਤਲਬ ਕਹਿੰਦੇ ਹੁੰਦੇ ਕਿ ਸ਼ਰਮ ਦੀ ਢੂਈ 'ਤੇ ਰੁੱਖ ਹੋ ਗਿਆ, ਕਹਿੰਦਾ ਛਾਵੇਂ ਬਵਾਂਗੇ, ਉਹ ਗੱਲ ਉਹ ਦੱਸਦੇ ਨਹੀਂ, ਪੈਂਦੀਆਂ ਨੇ ਦੱਸਦੇ ਨੇ ਸਰੋਤੇ ਕਿ ਫਲਾਣੇ ਨੇ ਲਾਇਆ ਸੀਗਾ, ਉਹ ਗੱਲ ਉਹ ਹਨੇਰੀ ਲਿਆਉਂਦੀ ਆ ਵੀ ਛੱਡ ਖੇੜਾ ਦੇ, ਪਰ ਕੀ ਕਰੀਏ, ਖੈਰ ਆਪੋ ਆਪਣੀ ਸੋਚ। ਆ ਜਾਓ ਫਿਰ ਸਿੱਧੂ ਨਵਜੋਤ ਦੀ ਗੱਲ ਕੀਤੇ ਬਗੈਰ ਮਹਿਫਲ ਫੇਰ ਨਹੀਂ ਗਾਂ ਵਧਣੀ, ਜਾਪਦੀ ਪੰਜਾਬ ਦੀ ਰਾਜਨੀਤੀ ਹੋਵੇ ਅਤੇ ਸਿੱਧੂ ਨਾ ਆਵੇ, ਆੜੇ ਹੱਥੀ ਰਿਹਾ ਆਪਣੀ ਸਰਕਾਰ ਨੂੰ। ਜੇਕਰ ਸਰਕਾਰ ਨੇ ਬੇਅਦਬੀ ਡਰੱਗ ਦੀ ਰਿਪੋਰਟ ਨੂੰ ਜਨਤਕ ਨਾ ਕੀਤਾ ਤਾਂ ਭੁੱਖ ਹੜਤਾਲ 'ਤੇ ਬੈਠਣਗੇ ਜਨਾਬ। ਬਿਲਕੁਲ ਜੀ, ਬਿਲਕੁਲ, ਨਵਜੋਤ ਸਿੰਘ ਸਿੱਧੂ ਇੱਕ ਵਾਹਿਦ ਸ਼ਖਸ ਸੀਗਾ, ਜਦੋਂ ਉਹ ਲੋਕਲ ਬਾਡੀ ਦਾ ਮਨਿਸਟਰ ਹੁੰਦਾ ਸੀ ਤੇ ਬਕਾਇਦਾ ਤੌਰ ਤੇ ਪੰਡਾਂ ਬੰਨ ਕੇ ਵਿਧਾਨ ਸਭਾ 'ਚ ਲੈ ਕੇ ਗਿਆ ਸੀ ਵੀ ਆਹ ਪੰਡਾਂ ਖੋਲ ਲਓ ਤੇ ਕੈਪਟਨ ਸਾਹਿਬ ਪੜ੍ਹ ਲਓ ਤੇ ਬਾਦਲ ਕਹਿੰਦੇ ਤੁਸੀਂ ਆ ਕੇ ਪੜ੍ਹ ਲਓ, ਤੁਹਾਡੇ ਖਾਤੇ 'ਚ 742 ਕਰੋੜ ਰੁਪਏ ਨਿਕਲਦੇ ਨੇ, 742 ਕਰੋੜ ਜਿਹੜੀਆਂ ਤੁਸੀਂ ਤਾਰਾਂ ਵਿਛਾਈਆਂ, ਜਿਹੜੇ ਖੰਭੇ ਵਰਤੇ ਨੇ, ਬਾਕੀ ਜੋ ਕੁਛ ਤੁਸੀਂ ਫੋਨ ਵਰਤੇ ਨੇ, ਜੋ ਤੁਸੀਂ ਕੀਤਾ 742 ਕਰੋੜ ਤੁਹਾਡੇ ਖਾਤੇ ਨਿਕਲਦੇ, ਉੱਤੇ ਨੇ ਚੈੱਕ ਤੁਸੀਂ ਪੇਡ ਕੀਤੇ, ਨਾ ਕੈਪਟਨ ਸਾਹਿਬ ਨੇ ਕੁਛ ਕੀਤਾ, ਨਾ ਬਾਦਲਾਂ ਨੇ ਕੁਛ ਕੀਤਾ, ਕਿਸੇ ਨੇ 742 ਕਰੋੜ ਥੋੜੇ ਜਿਹੇ ਬੜੇ ਪੈਸੇ ਹੁੰਦੇ ਆ। ਹੁਣ ਅਜੇ ਤੱਕ ਉਹ 742 ਨੂੰ ਵੱਧ ਕੇ ਮੇਰੇ ਖਿਆਲ 1000 ਕਰੋੜ ਦੇ ਕਰੀਬ ਹੋ ਗਿਆ ਹੋਣਾ ਪੈਸੇ, ਉਹ ਫਿਰ ਨਹੀਂ ਅਜੀ ਤੇ ਕਈ ਨੇ ਆਹ ਬੱਸਾਂ ਫੜੀਆਂ ਗਈਆਂ 70 ਕਰੋੜ ਦੀ ਗੱਲ ਕਰਦੇ, ਤੇ ਇੱਥੇ ਦੇਖੋ 1000 ਕਰੋੜ ਦੀ ਗੱਲ ਹੋ ਰਹੀ ਹੈ। ਹੁਣ ਸਿੱਧੂ ਸਾਹਿਬ ਕੀ ਕਹਿੰਦੇ ਆ, ਇਹਨਾਂ ਨੂੰ ਪਤਾ ਵੀ ਉਹ ਜਿਹੜੀ ਰਿਪੋਰਟ ਆ ਨਾ, ਰਿਪੋਰਟ ਉਹਦੇ ਜਿਹੜੀ ਬੜੇ ਥਨੀਏ ਥਾਪੇ ਇੱਥੇ ਜਿਹੜੇ ਕੀਲਣੇ ਜ਼ਰੂਰੀ, ਇਸ ਕਰਕੇ ਇਹਨਾਂ ਨੂੰ ਹੁਣ ਬੜੀ ਆਸ ਨਹੀਂ ਰਹੀ ਵੀ ਕੋਰਟ ਜਿਹੜੀ ਆ ਉਹ ਰਿਪੋਰਟ ਖੋਲੇਗੀ। ਇਸ ਕਰਕੇ ਸਰਕਾਰ ਨੂੰ ਕਹਿੰਦੇ ਤੁਸੀਂ ਖੋਲੋ, ਜੇ ਨਹੀਂ ਖੋਲੋਗੇ ਤਾਂ ਮੈਂ ਭੁੱਖ ਹੜਤਾਲ 'ਤੇ ਬੈਠੂ। ਇੱਥੇ ਰੱਖ ਸਰਕਾਰ ਨੂੰ ਚੈਲੰਜ ਆ, ਮਤਲਬ ਰੋਜ਼ ਸਿੱਧੂ ਸਾਹਿਬ ਗੱਲ ਤੇ ਕਰਦੇ ਸੱਚੀ ਤੇ ਕਰਦੇ, ਪਰ ਕੌੜੇ ਮੂੰਹ ਨਾਲ, ਮੂੰਹ ਦੇ ਵਿੱਚ ਕਰੈਣ ਪਾ ਕੇ,
छित्र मारन वाला लफ्ज एक नैन तो घट आ देखो उल्टी उल्टी गंगा वहन वाली है। जे जे सीएम साहब का यह हाल आ उधर सबका सीएम साहब जिहड़े वीर दी अपनी चोन नहीं करा सके अपने पक्ष की नवान कैप्टन का सीएम साहब नू जे दौड़ा लवाइया ने ते आम कांग्रसियों का की हाल होगा। जिवें हुण जियाणी साहब लैके पंजाब दे पिंडां दे विच गड्डी ते कल्ले ही चल गए। वेखो एक तुसीं गल नू लिंक करके वेखियो, वह कहिंदे कि मैं चलिया, मैं जाके माफ़ी मांग, मैं जा गल करदा पंजाबी साडे ने। एक 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 जे जियाणी साहब चल गए ने ते मुलके ये मोकला राह हो गया कि जे जियाणी साहब का विरोध नहीं होया ते फिर गरेवाल का भी नहीं होऊ। ਤੁਹਾਨੂੰ ਸ਼ਾਇਦ ਯਾਦ ਹੋਊਗਾ, ਮੈਨੂੰ ਨਾ ਭੁੱਲ ਗਿਆ, ਪੰਜਾਬ ਭਾਰਤ ਦਾ ਪ੍ਰਧਾਨ ਮੰਤਰੀ ਬਣੇ ਸੀ ਗੌੜਾ ਸਾਹਿਬ ਸ਼ਾਇਦ, ਹਨਾ, ਜਦੋਂ ਓਪਨ ਜੀਪ ਲੈ ਕੇ ਆਏ ਸੀ ਪੰਜਾਬ ਦੇ ਵਿੱਚ, ਜਦੋਂ ਮਤਲਬ ਪੂਰਾ ਵੀਪੀ ਸਿੰਘ ਹੋਣੀ ਆਏ ਸੀ ਨਾ ਓਪਨ, ਮੈਨੂੰ ਦਿਮਾਗ ਚੋਂ ਨਿਕਲ ਗਿਆ, ਓਪਨ ਜੀਪ ਦੇ ਵਿੱਚ ਲੈ ਕੇ ਆਏ ਸੀ। ਕਿੱਥੇ ਕੀ ਹਾਲਾਤ, ਮੈਂ ਕਿੱਥੇ ਲਿੰਕ ਕੀਤਾ ਵੇਖੋ ਤੁਸੀਂ, ਮਤਲਬ ਹਨਾ ਕਿ ਉਹ ਮਤਲਬ ਕਿਤੇ ਬਖਤਰਬੰਦ ਗੱਡੀਆਂ, ਬੁਲਟ ਪਰੂਫ ਗੱਡੀਆਂ, ਕਿਤੇ ਲੀਡਰ ਨੂੰ ਨਿਕਲਣਾ ਹੁੰਦਾ ਸੀ ਸੰਗੀਨਾਂ ਦੀ ਛਾਂਟ, ਉਹ ਕਹਿੰਦਾ ਮੈਂ ਚੱਲਿਆ ਜੀ ਖੁੱਲੀ ਜੀਪ ਤੇ ਜਾਊਂਗਾ, ਹਨਾ। ਚਲੋ ਪ੍ਰਬੰਧ ਕੀਤੇ ਜਾਂ ਨਹੀਂ ਕੀਤੇ, ਇੱਕ ਸੰਦੇਸ਼ ਸੀ। ਜਿਆਣੀ ਸਾਹਿਬ ਨਿਕਲ ਗਏ ਨੇ, ਗਏ ਨੇ ਪਿੰਡ ਦੇ ਵਿੱਚ, ਵਿਰੋਧ ਕਿੰਨਾ ਕੁ ਹੋਣਾ, ਮਤਲਬ ਮਾਫ਼ੀ ਮੰਗ ਕੇ ਹੌਲੀ ਹੌਲੀ ਰਾਹ ਮੋਕਲਾ। ਮੈਨੂੰ ਤਾਂ ਲੱਗਦਾ ਕਾਂਗਰਸੀਆਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਵੀ ਤੁਸੀਂ ਗੁਟਕਾ ਸਾਹਿਬ ਦਾ ਲੈ ਕੇ ਸਹਾਰਾ ਲਾ ਕੇ ਮੱਥੇ ਨੇ ਤਾਂ ਤੁਸੀਂ ਕੁਛ ਨਹੀਂ ਕੀਤਾ। ਸਿੱਧੂ ਸਹੀ ਰੋਂਦਾ ਜਾਪਦਾ ਮੈਨੂੰ ਜਦੋਂ ਰਾਜੇ ਵੜੇਂਗ ਗੋਰੀ ਜਿਆਣੀ ਦੀ ਬੂਹੇ ਅੱਗੇ ਧਰਨਾ ਦੇਣ ਗਏ ਸੀਗੇ, ਜਿਆਣੀ ਸਾਹਿਬ ਘਰ ਨਹੀਂ ਸੀ, ਉਹਨਾਂ ਦੀ ਪਤਨੀ ਬਾਹਰ ਨਿਕਲੀ ਸੀ, ਰੋਟੀ ਖਾਣ, ਮੈਂ ਕਿਸਾਨ ਦੀ ਧੀ, ਮੈਂ ਤੁਹਾਡੇ ਦਾ ਖੜੀ, ਮੈਂ ਮੋਦੀ ਦਾ ਨੀ ਖੜੀ, ਬਿਲਕੁਲ 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 ਉਹ ਚੁੱਪ ਕੇ ਕਦਮ ਲੈ ਕੇ ਵਾਪਸ ਆ ਗਏ ਜੀ ਉੱਥੋਂ। ਗੱਲ ਤੇ ਮੌਕਾ ਸੰਭਾਲਣੀ ਤੇ ਤਰੀਕੇ ਤੇ ਸਲੀਕੇ ਨਾਲ ਗੱਲ ਕਰਨੀ ਆਪਣੀ, ਬਿਲਕੁਲ 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 ਬਿਲਕੁਲ। ਹੁਣ ਜਿਆਣੀ ਸਾਹਿਬ ਕਿਤੇ ਮੈਂ ਕਿਤੇ ਅਜੀਤ ਲੋਕਾਂ ਕੋਲੇ ਮਾਫ਼ੀ ਮੰਗਣ ਵਾਸਤੇ ਵੀ ਠੀਕ, ਸਾਡੀ ਗਲਤੀ ਸੀ, ਅਸੀਂ ਕਦੋਂ ਵਾਪਸ ਲੈ ਲੈ, ਦੱਸੋ ਕੀ ਕਹਿਣਾ ਚਾਹੁੰਦੇ। ਹਾਂ ਬਿਲਕੁਲ, ਇੱਡੀ ਵੱਡੀ ਗੱਲ, ਇਹ ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗ ਲਈ, ਮੈਨੂੰ ਤਾਂ ਲੱਗਦਾ ਕਾਂਗਰਸੀਆਂ ਨੂੰ ਹੁਣ ਭੱਜਣ ਨੂੰ ਰਾਹ ਲੱਭਣੇ, ਜਿਸ ਹਿਸਾਬ ਨਾਲ ਉਹਨਾਂ ਨੇ ਆਪਣੇ ਪੈਰ ਖਿਲਾਰਨੇ ਸ਼ੁਰੂ ਕਰਤੇ ਨੇ। ਚਲੋ ਅੱਛਾ, ਕੰਗੜਾ ਨੂੰ ਆਖਰੀ ਚਾਵਲਾ ਸਾਹਿਬ ਇੱਕ ਵਾਰੀ ਮੇਰੀ ਗੱਲ ਸੁਣ ਲਓ ਤੁਸੀਂ। ਮੈਂ ਇੱਕ ਤਾਂ ਸਾਡੇ ਪੱਤਰਕਾਰ ਦਾ ਭੂਮਤੀ ਸ਼ਕਤੀ ਦੀ ਵਰਤੀ ਸੀ ਤੇ ਮੈਨੂੰ ਬੁਲਾਇਆ ਗਿਆ ਉੱਥੇ, ਤੁਸੀਂ ਆਉਣਾ, ਮੈਂ ਕਿਹਾ ਗਿਆ, ਮੈਨੂੰ ਕਹਿੰਦੇ ਤੁਸੀਂ ਬੋਲਣਾ, ਮੈਂ ਕਿਹਾ ਬੋਲਦੇ, ਤੇ ਮੈਂ ਉਹਨੂੰ ਪੁੱਛਿਆ ਉਸ ਦੇ ਪ੍ਰਧਾਨ ਨੂੰ, ਮੈਂ ਕਿਹਾ ਯਾਰ ਪ੍ਰਧਾਨ ਨੇ ਦੱਸ ਆਪਣੇ ਬੰਦੇ ਕਿਹੜੇ ਕਿਹੜੇ ਬੀਜੇ ਕਿਹੜੇ ਕਿਹੜੇ ਬੈਠੇ ਆ, ਕਹਿੰਦਾ ਆਹ ਭਾਜਪਾ ਦਾ ਬੈਠਾ ਜੇ, ਕਾਂਗਰਸ ਦਾ ਬੈਠਾ ਜੇ, ਅਕਾਲੀ ਬੈਠਾ ਜੇ, ਕਾਮਨ ਬੈਠਾ ਜੇ, ਉੱਥੇ ਬਹੁਤੇ ਬੰਦੇ ਮੈਨੂੰ ਭਾਜਪਾ ਦੇ ਇਸਨ ਨੂੰ ਮਿਲੇ ਉੱਥੇ। ਅੱਛਾ, ਪੱਤਰਕਾਰਾਂ ਦੇ, ਤੇ ਮੈਂ ਫਿਰ ਜਿਹੜਾ ਸੀ ਸਟੇਜ ਤੋਂ ਨਾਂਹ ਤੇ ਕਰੀ ਦਿੰਦਿਆ, ਲੇਕਿਨ ਇੰਨੀ ਗੱਲ ਜ਼ਰੂਰ ਸੀ ਆਪਣੀ ਭਾਸ਼ਣ ਦੇ ਵਿੱਚ ਰਾਤੀ ਦੇ ਉੱਤੇ, ਮੈਂ ਕਿਹਾ ਜੀ ਇੱਕ ਸਾਡਾ ਵੱਡੀ ਵੱਡੀ ਮੁਸ਼ਕਲ ਆ, ਸਾਰੇ ਵੀਰ ਤੁਸੀਂ ਬੈਠੇ ਉੱਥੇ, ਸਾਰੀਆਂ ਪਾਰਟੀਆਂ ਦੇ ਬੰਦੇ ਬੈਠੇ ਨੇ, ਤੇ ਜੇ ਕਿਸੇ ਨੂੰ ਨਹੀਂ ਪਤਾ ਜੇ ਜ਼ਰੂਰ ਦੱਸੋ ਵੀ ਜਿਹੜੇ ਕਾਨੂੰਨ ਨੂੰ ਸਾਡੇ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ, ਬਿਠਾ ਕੇ ਆਪਣੇ ਮੈਂਬਰ ਨੂੰ ਪਾ ਕੇ ਭੇਜੋ, ਬਿਠਾ ਕੇ ਚਿੱਠੀਆਂ ਲਿਖੋ ਆਪਣੇ ਹਾਈਕਮਾਂਡ ਨੂੰ, ਕਹੋ ਉਹਨਾਂ ਨੂੰ ਵੀ ਇਹ ਕਾਨੂੰਨ ਵਾਪਸ ਲੈ ਜਾਏ। ਮੈਨੂੰ ਕਹਿੰਦੇ ਜੀ ਸਾਨੂੰ ਸਮਝਾ ਵੀ ਗਏ ਤੁਸੀਂ ਗੱਲ ਤੇ, ਆਪਣੀ ਗੱਲ ਵੀ ਕਰ ਗਏ, ਉਹ ਤੇ ਪਤਾ ਨਹੀਂ ਕਿਉਂ ਦਿੱਤਾ, ਮੈਂ ਕਿਹਾ ਤੁਹਾਨੂੰ ਤਾਂ ਲੱਗਿਆ ਨਾ ਕਿ ਲੱਗ ਗਿਆ, ਬਸ ਗਲਤ ਸਿਰਫ ਇੰਨੀ ਹੁੰਦੀ ਹੈ ਕਿ ਗੱਲ ਤੁਸੀਂ ਘੁਮਾ ਕੇ ਸਿੱਧੀ ਉਹਦਾ ਨਾਂ ਲੈ ਕੇ ਕਰੋਗੇ ਤੇ ਮੈਨੂੰ ਗੁੱਸਾ ਲੱਗੂਗਾ, ਜੇ ਨਾਂ ਲੈ ਕੇ ਨਹੀਂ ਕਰੋਗੇ ਤਾਂ ਵਧੀਆ ਕੀਤਾ ਤੁਸੀਂ। ਚਲੋ ਮਿੰਟ ਸਾਡੇ ਕੋਲ ਥੋੜੇ ਜਿਹੇ ਨੇ ਤੇ ਗੱਲ ਆਪਾਂ ਕਰਨੀ ਆ ਇਸ ਵਕਤ ਮੈਡਮ ਸਿਰਫਰੀ ਦੀ, ਯੂ ਨੋ ਵਾਟ ਆਈ ਮੀਨ ਰਾਈਟ, ਨਾ ਦੇਣਾ ਪੈਣਾ ਨਾ ਮੈਡਮ ਸਿਰਫਰੀ। ਪਰੰਤੂ ਉਸ ਤੋਂ ਪਹਿਲਾਂ ਕਹਿੰਦੇ ਨੇ ਕਿ ਕਾਗਜ਼ਾਂ ਅੰਦਰ ਸਰਕਾਰ ਤਾਂ ਜਾਏ ਚੱਲੀ, ਮੈਡਮ ਸਿਰਫਰੀ ਤੋਂ ਪਹਿਲਾਂ ਕਾਗਜ਼ਾਂ ਅੰਦਰ ਸਰਕਾਰ ਤਾਂ ਜਾਏ ਚੱਲੀ ਤੇ ਹੁੰਦੇ ਉਂਜ ਕੋਈ ਕੰਮ ਨਾ ਕਾਰ ਬੇਲੀ। ਕਿਆ ਬਾਤ, ਵੇਖੋ ਕਿੱਥੇ ਤੀਸ ਮਾਰ ਖਾਂ ਸਾਹਿਬ ਜਦੋਂ ਲਿਖਦੇ ਨੇ ਨਾ ਵੱਟ ਕੱਢ ਦਿੰਦੇ ਨੇ। ਕਾਗਜ਼ਾਂ ਵਿੱਚ ਕਹਿੰਦੇ ਸਰਕਾਰ ਤਾਂ ਜਾਏ ਚੱਲੀ ਹੁੰਦੀ ਉਂਝ ਕੋਈ ਨਹੀਂ ਕੰਮ ਕਾਰ ਵੇਲੀ, ਕੁੜੀਆਂ ਮੁੰਡੇ ਨੇ ਚੜੇ ਪਏ ਉਹ ਟੈਂਕੀਆਂ ਤੇ ਆਉਂਦਾ ਲੈਣ ਨਾ ਕੋਈ ਉੱਥੇ। ਕੀ ਕਹਿਣਾ ਚਾਹੋਗੇ ਕੰਗਣਾ, ਮੈਡਮ ਸਿਰਫਰੀ ਵਿਧਾਨ ਸਭਾ ਸ਼ਾਂਤੀ ਸਦਭਾਵਨਾ
ਸ਼ਾਂਤੀ ਸ਼ਾਂਤੀ ਸਦਭਾਵਨਾ, ਚਲੋ ਨਾਂ ਤੇ ਬੜਾ ਵੱਡਾ, ਸ਼ਾਇਦ ਇਹਨੂੰ ਮੈਂ ਕਿਤੇ ਸ਼ਾਂਤੀ ਮਿਲ ਜੇ, ਕੀ ਕਹਿਣਾ ਚਾਹੋ? ਦਿੱਲੀ ਵਿਧਾਨ ਸਭਾ ਜੀ, ਦਿੱਲੀ ਵਿਧਾਨ ਸਭਾ ਦੀ ਇੱਕ ਪੀਸ ਐਂਡ ਹਾਰਮੋਨੀ ਜਿਹੜੀ ਕਮੇਟੀ ਹੈ ਨਾ, ਸ਼ਾਂਤੀ ਤੇ ਸਦਭਾਵਨਾ ਕਮੇਟੀ ਜਿਹੜੀ ਆ, ਉਸ ਕਮੇਟੀ ਦੀ ਬਕਾਇਦਾ ਤੌਰ ਤੇ ਮੀਟਿੰਗ ਹੋਈ ਆ ਤੇ ਉਹਨੇ ਕਿਹਾ ਸੀ ਉਹ ਬੀਬੀ ਤੂੰ ਬੋਲਿਆ ਵਾ ਨਾ ਆਪਣੇ ਅਕਾਊਂਟ ਦੇ ਉੱਤੇ ਜੋ ਤੂੰ ਕਿਹਾ ਉਹ ਸਮਾਜ ਦੇ ਖਿਲਾਫ, ਬਿਲਕੁਲ ਸਾਡੇ ਸੰਵਿਧਾਨ ਦੇ ਖਿਲਾਫ, ਕਾਨੂੰਨ ਦੇ ਖਿਲਾਫ, ਤੂੰ ਮੱਛਰ ਮਸਲਣ ਦੀ ਗੱਲ ਕਰਦੀ, ਕਿਸਾਨਾਂ ਤੇ ਟਿੱਪਣੀਆਂ ਕੀਤੀਆਂ, ਤੂੰ ਮਹਾਤਮਾ ਗਾਂਧੀ ਦੀ ਟਿੱਪਣੀਆਂ ਕੀਤੀਆਂ, ਤੂੰ ਸਾਡੇ ਸ਼ਹੀਦਾਂ ਦੀ ਟਿੱਪਣੀਆਂ ਕੀਤੀਆਂ, ਤੇ ਬੀਬੀ ਤੋਂ ਅੱਗੇ ਤੇ ਪਰਚਾ ਦਰਜ ਹੋਇਆ ਤੇ ਉਦਣ ਦੀ ਚੁੱਪ ਕਰਕੇ ਬੈਠੀ ਆਪਣੇ ਘਰੇ, ਕੁਸਕੀ ਨੀ ਮੁੜ ਕੇ ਉਸ ਤੋਂ ਬਾਅਦ ਜੀ, ਹੁਣ ਕੋਰਟ ਭਾਵੇਂ ਬਾਅਦ ਕੱਲ ਨੂੰ ਬਰੀ ਹੋ ਜੇ, ਕੋਰਟ ਜਾ ਕੇ ਪੇਸ਼ ਹੋਣਾ ਪਊਗਾ ਨਾ, ਜਾ ਕੇ ਵੀ ਮੈਂ ਹਾਜ਼ਰ ਹਾਂ ਜੀ, ਜਾ ਕੇ ਕਟਹਿਰੇ ਚ ਖਲੋਣਾ ਪਊਗਾ ਨਾ, ਇਹ ਬੜੀ ਵੱਡੀ ਗੱਲ। ਹੁਣ ਇਹ ਜਿਹੜੀ ਦਿੱਲੀ ਵਿਧਾਨ ਸਭਾ ਦੀ ਪੀਸ਼ਨ ਹਾਰਮੋਨ ਕਮੇਟੀ ਆ, ਇਹਦੇ ਪ੍ਰਧਾਨ ਨੇ ਰਾਘਵ ਚੱਡਾ, ਰਾਘਵ ਚੱਡਾ ਨੇ ਬਕਾਇਦਾ ਤੌਰ ਤੇ ਇਸ ਕਮੇਟੀ ਨੇ 6 ਦਸੰਬਰ ਨੂੰ ਬੀਬੀ ਨੂੰ ਦਿੱਲੀ ਤਲਬ ਕੀਤਾ, ਬੀਬੀ ਆ ਕੇ ਸਪਸ਼ਟੀਕਰਨ ਦੇ ਵੀ ਜਿਹੜੀ ਤੂੰ ਬੇਇੱਜ਼ਤੀ ਕੀਤੀ ਸਾਡੇ ਸ਼ਹੀਦਾਂ ਦੀ, ਮਹਾਤਮਾ ਗਾਂਧੀ ਦੀ ਕੀਤੀ ਆ, ਕਿਸਾਨਾਂ ਦੀ ਕੀਤੀ ਆ, ਸਿੱਖਾਂ ਤੇ ਗਲਤ ਕੀਤੀਆਂ ਕੀਤਾ, ਉਹਦਾ ਜਵਾਬ ਦੇ, ਜਵਾਬ ਦੇ, ਤੇ ਜੇ ਇਹ ਨਹੀਂ ਆਉਂਦੀ ਤੇ ਫਿਰ ਇਹਦੇ ਖਿਲਾਫ਼ ਕਾਨੂੰਨੀ ਪ੍ਰਕਿਰਿਆ ਦਿੱਲੀ ਵਿਧਾਨ ਸਭਾ ਵੀ ਕਰ ਸਕਦੀ। ਬੀਬੀ ਹੁਣ ਫਸੀ ਕਸੂਤੀ ਆ, ਵੇਖੋ ਹੁਣ ਵਾਰ ਚੋਂ ਕਿਵੇਂ ਨਿਕਲਦੀ ਉਹਦੇ ਵਿੱਚੋਂ। ਰਾਤ ਨੂੰ ਕਰਦੇ ਤੁਹਾਨੂੰ ਵੀ ਮਜ਼ਾ ਨੀ ਆਉਂਦਾ ਘੱਟ ਟਾਈਮ ਚ, ਸਹੀ ਗੱਲ, ਕਾਲੀ ਕਾਲੀ ਗੱਲ ਨੀ ਬਣਦੀ। Thank you very much. Chalo. So nice. Tusi sun rahe ho Chawla News Network Toronto, CNN Toronto.